ਕਪੂਰਥਲਾ ਵਿੱਚ ਆਮ ਜਨਤਾ ਨੂੰ ਐਕਿਊਪ੍ਰੈਸ਼ਰ ਸੈਰਗਾਹ ਦਾ ਖਾਸ ਲਾਭ ਦੇਣ ਦਾ ਉਪਰਾਲਾ ਨਗਰ ਕੌਂਸਲ ਵਿਭਾਗ ਕਪੂਰਥਲਾ ਨੇ ਕੀਤਾ। ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਸ਼ਾਲੀਮਾਰ ਬਾਗ ਵਿੱਚ ਐਕਿਊਪ੍ਰੈਸ਼ਰ ਟਰੈਕ ਦਾ ਨਿਰਮਾਣ ਕੀਤਾ, ਜਿਸ ਦਾ ਉਦਘਾਟਨ ਸਾਬਕਾ ਬਿਜਲੀ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਕੀਤਾ। ਉੱਥੇ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇਣ ਦੀ ਗੱਲ 'ਤੇ ਵੀ ਤੰਜ ਕੱਸੇ। ਸਰ, ਚੰਡੀਗੜ੍ਹ 'ਚ ਸਤਬੀਰ ਬਾਦਲ ਅੱਜ ਮੀਟਿੰਗ ਕਰ ਰਿਹਾ, ਅਸਤੀਫੇ ਦੀ ਗੱਲ ਚੱਲ ਰਹੀ ਆ ਵੀ ਅਸਤੀਫਾ ਦੇ ਰਿਹਾ ਵਾ, ਕਿਸ ਤਰ੍ਹਾਂ ਦੇ ਉਹਨਾਂ ਦੇ ਅਸਤੀਫੇ ਨੂੰ ਜੇ ਦਿੰਦਾ ਵਾ ਜਾਂ ਇਹ ਡਰਾ? ਔਰ ਜਿੱਥੇ ਤਾਈਂ ਅਸਤੀਫੇ ਦੀ ਗੱਲ ਆ, ਮੇਰੇ ਖਿਆਲ ਨਾਲ ਲੋਕ ਇਹ ਬਹੁਤ ਦੇਰ ਪਹਿਲਾਂ ਆਸ ਕਰਦੇ ਸੀ, ਹੁਣ ਬਹੁਤ ਡਿਲੇਅ ਕਰ ਦਿੱਤਾ ਇਹਨਾਂ ਨੇ। ਡਿਲੇਅ ਵੀ ਹੁਣ ਇਹਦੇ ਪਿੱਛੇ ਕੀ ਰਾਜਨੀਤੀ ਉਹਦੇ ਬਾਰੇ ਤਾਂ ਉਹੀ ਦੱਸ ਸਕਦੇ ਹੋਗੇ, ਲੇਕਿਨ ਬਹੁਤ ਡਿਲੇਅ ਕੀਤਾ, ਇੱਦਾਂ ਨਹੀਂ ਚਾਹੀਦਾ। ਪਾਰਟੀ ਕਿਸ ਤਰ੍ਹਾਂ ਫਾਇਦਾ ਹੋਊਗਾ ਜੀ ਜੇ ਮੰਨ ਲਓ ਅਸਤੀਫਾ ਦੇ ਦਿੰਦਾ? ਫਾਇਦੇ ਨੁਕਸਾਨ ਦੀ ਗੱਲ ਨਹੀਂ, ਇਹ ਛੋਟੀਆਂ ਗੱਲਾਂ ਨੇ। ਫਾਇਦੇ ਨਾ ਅਸਤੀਫੇ ਦੇਣ ਨਾ ਹੋਣੇ ਆ ਅਤੇ ਨਾ ਰਹਿਣ ਨਾ ਹੋਣਾ। ਲੋਕਾਂ ਨੇ ਮਨ ਬਣਾਇਆ ਆ, ਲੋਕ ਜਾਣਦੇ ਨੇ ਕਿ ਦੋਸ਼ੀ ਕੌਣ ਹੈ, ਅਤੇ ਲੋਕ ਅੱਜ ਬਹੁਤ ਭਰੇ ਪੀਤੇ ਪੈ ਰਹੇ ਆ। ਕੱਲ੍ਹ 2004 ਦੇ ਵਿੱਚ ਇਹ ਫੁਆਰੇ ਲਾਏ ਗਏ ਸੀ ਅਤੇ 7 ਦੇ ਬਾਅਦ ਇਹ ਬੰਦ ਹੋ ਗਏ, ਅਤੇ ਚੀਜ਼ ਲਾਈ ਇਸ ਕਰਕੇ ਜਾਂਦੀ ਹੈ, ਪਾਰਕ ਹੈ, ਬੱਚੇ ਵੀ ਖੇਡਦੇ ਇੱਥੇ, ਤਾਂ ਕਿ ਐਂਟਰਟੇਨਮੈਂਟ ਵੀ ਹੋਵੇ, ਚੰਗਾ ਵੀ ਲੱਗੇ, ਮਿਊਜ਼ੀਕਲ ਫਾਊਂਟੇਨ ਸੀਗੇ। ਲੇਕਿਨ ਅਫਸੋਸ ਇਸ ਗੱਲ ਦਾ ਕਿ ਦੇਖ ਰੇਖ ਪਿਛਲੇ 10 ਸਾਲ ਦੀ ਕੀਤੀ ਨਹੀਂ ਗਏ, ਅਲਟੀਮੇਟਲੀ ਫੁਆਰੇ ਵੀ ਬੰਦ ਹੋ ਗਏ, ਅਤੇ ਜਿਹੜਾ ਪਾਰਕ ਸੀ ਬੜੀ ਮਾੜੀ ਹਾਲਾਤ ਸੀ ਉਹਦੇ। ਅਤੇ ਮੈਂ ਸਮਝਦਾ ਨਗਰ ਕੌਂਸਲ ਦੇ ਸਾਡੇ ਪ੍ਰਧਾਨ ਜੀ ਨੇ, ਇਹਨਾਂ ਦੇ ਮੈਂਬਰ ਸਾਹਿਬਾਨ ਨੇ ਫੈਸਲਾ ਲਿਆ ਕਿ ਇਹਨੂੰ ਚਾਲੂ ਦੁਬਾਰਾ ਦੀ ਕੀਤਾ ਜਾਵੇ, ਇਹਦੀ ਇੰਪਰੂਵਮੈਂਟ ਕੀਤੀ ਜਾਵੇ, ਇਹ ਪਾਰਕ ਲੱਗੇ। ਅਤੇ ਮੈਨੂੰ ਖੁਸ਼ੀ ਆ ਕਿ ਜਿੱਥੇ ਇਹਨਾਂ ਨੇ ਫਾਊਂਟੇਨ ਚਾਲੂ ਕੀਤੇ ਆ, ਮੈਂਟੇਨੈਂਸ ਦਾ ਕੰਮ ਚਾਲੂ ਕੀਤਾ, ਚੁੱਲ੍ਹੇ 'ਤੇ ਸਾਰੇ ਰਿਪੇਅਰ ਦੁਬਾਰਾ ਕੀਤੇ ਆ, ਉੱਥੇ ਫਾਊਂਟੇਨ ਵੀ ਰਿਪੇਅਰ ਕੀਤੇ ਆ, ਅਤੇ ਨਾਲ ਵਾਕਵੇ ਉਹਨਾਂ ਦੀ ਮੁਰੰਮਤ ਕਰਕੇ ਲੋਕ ਸੈਰ ਕਰਨ, ਅਤੇ ਇੱਕ ਵਾਕਵੇ ਬਣਾਇਆ ਜਿਹਨੂੰ ਕਹਿੰਦੇ ਐਕੁਆਪ੍ਰੈਸ਼ਰ ਵਾਕਵੇ। ਇਹਦੇ ਨਾਲ ਜਦੋਂ ਬੰਦਾ ਨੰਗੇ ਪੈਰੇ ਦੇ ਉੱਤੇ ਚਲੇਗਾ ਅਤੇ ਉਹਦੇ ਜਿੰਨੇ ਪ੍ਰੈਸ਼ਰ ਪੁਆਇੰਟਸ ਆ ਸਾਰੇ ਪੈਰ 'ਚ ਹੁੰਦੇ ਆ, ਉਹ ਬੋਡੀ ਨਾਲ ਰਿਲੇਟਡ ਹੁੰਦੇ ਆ, ਅਤੇ ਉਹਦਾ ਫਾਇਦਾ ਐਕੁਆਪ੍ਰੈਸ਼ਰ ਦਾ ਲੋਕਾਂ ਨੂੰ ਬਹੁਤ ਹੋਏਗਾ, ਸਿਹਤ ਇਹਦੇ ਨਾਲ ਠੀਕ ਰਹਿੰਦੀ ਆ, ਬੰਦਾ ਐਕਟਿਵ ਰਹਿੰਦਾ। ਔਰ ਹਰ ਪੁਆਇੰਟ ਨੂੰ ਨੱਪਣ ਲਈ ਇਹਨਾਂ ਨੇ ਵਾਕਵੇ ਬਣਾਇਆ, ਇਹ 'ਚ ਪੈਬਲਸ ਲਾਏ ਆ ਪੱਥਰ, ਅਤੇ ਬਹੁਤ ਅੱਛਾ ਉਪਰਾਲਾ। ਅਤੇ ਮੈਂ ਨਗਰ ਕੌਂਸਲ ਨੂੰ ਇੰਨਾ ਕਹਿਣਾ ਚਾਹੂੰਗਾ ਕਿ ਚੀਜ਼ਾਂ ਬਣਾਉਣ ਨੂੰ ਤਾਂ ਬੰਦਾ ਬਣਾ ਲੈਂਦਾ, ਬਟ ਮੇਨਟੇਨ ਕਰਨੀਆਂ ਉਦੋਂ ਜ਼ਿਆਦਾ ਇੰਪੋਰਟੈਂਟ ਆ। ਅਤੇ ਅੱਜ ਇਹ ਖੂਬਸੂਰਤ ਲੱਗ ਰਿਹਾ, ਅਤੇ ਫਾਇਦਾ ਤਾਂ ਆ ਇਹਦਾ, ਉਦਘਾਟਨ ਕਰ ਲਈਏ, ਉਹਦੇ ਬਾਅਦ ਮੁੜ ਕੇ ਪੁੱਛੀਏ ਨਾ। ਸਾਡੇ 5-4 ਸਾਲ ਤਾਂ ਬਹੁਤ ਅੱਛਾ ਚੱਲਿਆ, 10 ਸਾਲ ਇਹਦਾ ਦੇਖਿਆ ਕਿਸੇ ਨੇ। ਹੁਣ ਮੈਂ ਨਹੀਂ ਇਹ ਕਹਿਣਾ ਚਾਹੁੰਦਾ ਕਿ ਇਹਦਾ ਰਾਜ ਸੀ, ਕਿਹਦਾ ਨਹੀਂ ਸੀ, ਹੁਣ ਕਾਂਗਰਸ ਦਾ ਰਾਜ ਆ, ਅਤੇ ਅਸੀਂ ਇਹਨੂੰ ਮੇਨਟੇਨ ਕਰਾਵਾਂਗੇ, ਔਰ ਮੇਨਟੇਨ ਦੇਖਣਾ ਮੈਂ ਮੰਗਣਾ।